ਤੱਕ ਰਾਹੁਲ ਗਾਂਧੀ ਨੇ ਕਹਿ ਦਿੱਤਾ ਵੀ ਸਿੱਧੂ ਮੂਸੇਵਾਲਾ ਦਾ ਗੀਤ 295 ਜਿਵੇਂ ਸੁਣਨ 'ਚ ਲੋਕਾਂ ਨੂੰ ਵਧੀਆ ਲੱਗਾ, ਉਸ ਤਰ੍ਹਾਂ ਕਾਂਗਰਸ ਦੀਆਂ ਜਿਹੜੀਆਂ ਸੀਟਾਂ 295 ਪਲੱਸ ਹੋਣਗੀਆਂ। ਨਹੀਂ, ਇਹੋ ਜਿਹੀ ਗੱਲ ਨਹੀਂ ਕੋਈ। ਜੇ ਪੰਜਾਬ ਦੇ ਵਿੱਚ ਦੱਸੀਏ, 3 ਕੁ ਸੀਟਾਂ ਤੁਸੀਂ ਝਾੜੂ ਦੀ ਲਾ ਲਓ, 3 ਕੁ ਉਹਦੀ, 3-4 ਤੁਸੀਂ ਕਾਂਗਰਸ ਸਰਕਾਰ ਦੀ ਲਾ ਲਓ, ਬਾਕੀ ਰਲੀ ਮਿਲੀ ਸਰਕਾਰ। ਆਮ ਆਦਮੀ ਪਾਰਟੀ ਵੱਲੋਂ ਨਾਰਾ ਦਿੱਤਾ ਗਿਆ 13-0 ਦਾ, ਵੀ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਣਗੀਆਂ, ਕਿਸ ਤਰ੍ਹਾਂ ਦੇਖਦੇ? ਨਹੀਂ ਪੈ ਸਕਦੀਆਂ ਮਾਰੇ ਭਾਈ। ਦੇਖੋ, ਮੋਦੀ ਜਿਹੜਾ ਬੰਦਾ ਹੈ ਆਪਣੀ ਜਗ੍ਹਾ ਉਹ ਠੀਕ ਹੈ, ਅਤੇ ਫੋਰਨ ਕੰਟਰੀ 'ਤੇ ਵੇਖ ਲਓ, ਉਹ ਵੀ ਆਪਣਾ ਦਬਦਬਾ ਬਣਾ ਕੇ ਰੱਖਿਆ ਪੂਰਾ, ਅਤੇ ਇਸ ਕਰਕੇ ਮੋਦੀ ਚੰਗਾ ਕੰਮ ਕਰਦਾ ਪਿਆ, ਠੀਕ ਹੈ। ਬਾਕੀ ਦੇਖੋ, 19 ਸਾਲ ਕਾਂਗਰਸ ਰਹੇ, ਉਹਨੇ ਕੀ ਕੀਤਾ? ਕੁਛ ਨਹੀਂ ਕੀਤਾ। ਚੱਲਦੀ ਆ ਰਹੀ ਹੈ ਬਾਦਲ ਸਰਕਾਰ ਤੋਂ ਪਹਿਲਾਂ, ਉਹੀ ਚੱਲੀ ਜਾ ਰਹੀ ਹੈ। ਬਸ ਜਿਹੜੀ 100 ਯੂਨਿਟ ਜਿਹੜੀ ਬੱਤੀ ਉਹਨਾਂ ਨੇ ਮਾਫ਼ ਕੀਤੀ ਸੀ ਐਕਸਟਰਾ, ਬਾਕੀ ਉਹਨਾਂ ਨੇ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਕੋਈ ਪੂਰੇ ਨਹੀਂ ਹੋਏ। ਇੱਕ ਗਰੀਬ ਜਨਤਾ ਨੂੰ ਕੀ ਮਿਲਦਾ ਹੈ? ਦੇਖੋ, ਕਰਪਸ਼ਨ ਵੱਧ ਗਈ ਹੈ, ਬੇਰੁਜ਼ਗਾਰੀ ਵੱਧ ਗਈ ਹੈ, ਠੀਕ ਹੈ, ਗੁੰਡਾਗਰਦੀ ਇੰਨੀ ਹੈ, ਨਸ਼ਾ ਹਰ ਕੋਈ ਵਿਗ ਰਿਹਾ ਪਿਆ। ਕਾਂਗਰਸ ਸਰਕਾਰ ਹੀ, ਉਹਨਾਂ ਨੇ ਵੀ ਇੱਕ ਇੱਕ ਘਰ ਦੇ ਵਿੱਚ ਨੌਕਰੀ ਦਾ ਵਾਅਦਾ ਕੀਤਾ ਸੀ, ਉਹ ਵੀ ਨੌਕਰੀ ਅੱਜ ਤੱਕ ਲੱਗਣੀ, ਬੀ ਏ ਪਾਸ ਮੈਂ ਬੈਠਾ, ਬੂਟ ਪਾਲਿਸ਼ ਕਰਦਾ ਮੈਂ। ਵਾਅਦੇ ਤਾਂ ਬੜੇ ਬੜੇ ਕਰਦੇ ਆ, ਪਰ ਉਹ ਵਾਅਦੇ 'ਤੇ ਉਤਰਦੇ ਨਹੀਂ ਹੈ। ਟਾਈਮ 'ਤੇ ਮਤਲਬ ਆਪਣੇ ਟਾਈਮ ਕੱਢ ਕੇ ਨਾ, ਉਸ ਤੋਂ ਬਾਅਦ ਇਹ ਬਦਲ ਜਾਂਦੇ ਆ। ਮੋਦੀ ਨੂੰ ਅੱਜ ਸੀਟਾਂ ਘੱਟ ਮਿਲਣੀਆਂ, ਭਾਵੇਂ ਆਵੇ, ਉਹ ਆਉਣਾ ਉਹ ਨਹੀਂ ਹੈ, ਪਰ ਸੀਟਾਂ ਘੱਟ ਮਿਲਣੀਆਂ ਉਹਨੂੰ। ਮਹਾਰਾਜ, ਮਿਲਦਾ ਤਾਂ ਬੜਾ ਕੁਛ ਹੈ, ਪਰ ਰਾਜ ਆਉਂਦੇ 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 ਨਾ, ਉਹ ਰੁਪਈਆ ਭੇਜਦੇ ਨਾ ਅਤੇ 15 ਪੈਸੇ ਰਹਿ ਜਾਂਦੇ ਆ ਵਿੱਚੋਂ, ਤਾਂ ਰਾਹ ਦੇ ਵਿੱਚ ਉੱਡਦੇ ਹੀ ਜਾਂਦੇ ਆ ਨਾ। ਦੋਸਤੋ, ਤੁਸੀਂ ਜੁੜੇ ਹੋ ਓਨ ਏ ਟੀ ਵੀ ਦੇ ਨਾਲ, ਅਤੇ ਮੈਂ ਹਾਂ ਰਜੇਸ਼ ਸੰਧੂ। ਜਿਵੇਂ ਕਿ ਤੁਸੀਂ ਜਾਣਦੇ ਹੋ, 7ਵੇਂ ਚਰਨ ਦੀਆਂ ਜਿਹੜੀਆਂ ਵੋਟਾਂ ਨੇ ਪੰਜਾਬ ਦੇ ਵਿੱਚ ਪੈ ਚੁੱਕੀਆਂ ਨੇ, ਅਤੇ 1 ਤਰੀਕ ਨੂੰ ਵੋਟਾਂ ਪਾਉਣ ਤੋਂ ਬਾਅਦ ਹੁਣ ਲੋਕਾਂ ਦਾ ਕੀ ਹੈ ਰੁਝਾਨ 4 ਤਰੀਕ ਨੂੰ ਜਿਹੜੇ ਨਤੀਜੇ ਆਉਣ ਵਾਲੇ ਨੇ ਲੋਕ ਸਭਾ ਚੋਣਾਂ ਦੇ, ਗੱਲਬਾਤ ਕਰਾਂਗੇ ਗੁਰੂ ਨਗਰੀ ਅੰਮ੍ਰਿਤਸਰ ਦੇ ਉਹਨਾਂ ਵੋਟਰਾਂ ਦੇ ਨਾਲ ਜਿਨ੍ਹਾਂ ਨੇ ਆਪਣੇ ਮਾਦਾ ਦਾਨ ਕੀਤਾ ਹੈ, ਅਤੇ ਹੁਣ ਜਿਹੜੇ ਨਤੀਜੇ 4 ਜੂਨ ਨੂੰ ਆਉਣ ਵਾਲੇ ਨੇ ਉਹਦੇ ਬਾਰੇ ਕੀ ਕਹਿੰਦੇ ਨੇ? ਹਾਂਜੀ, ਆਪਣਾ ਨਾਂ ਦੱਸ ਕੇ ਜੀ। ਟਿੰਕੂ ਆ। ਹਾਂ ਟਿੰਕੂ ਜੀ, ਗੱਲ ਕਰੀਏ, ਅਤੇ ਹੁਣ ਜਿਹੜੀਆਂ ਵੋਟਾਂ ਪਈਆਂ, 1 ਜੂਨ ਨੂੰ ਵੋਟਾਂ ਪੈ ਗਈਆਂ, 4 ਤਰੀਕ ਨੂੰ ਨਤੀਜੇ ਆਉਣੇ ਨੇ, ਕਿਸ ਤਰ੍ਹਾਂ ਦਾ ਲੱਗਦਾ ਵੀ ਕਿਹੜੀ ਸਰਕਾਰ ਹੈ ਜਿਹੜੀ ਬਣੀ? ਕੋਈ ਵੀ ਸਰਕਾਰ ਆਵੇ, ਲੇਕਿਨ ਉਹ ਹੈ ਕਿ ਥੱਲੇ 0.0 ਗਰਾਊਂਡ ਫਲੋਰ ਤੋਂ ਗੱਲ ਕਰਨਗੇ। ਹਾਂ, 0 ਆਮ ਬੰਦੇ ਨੂੰ ਕੀ ਮਿਲਦਾ ਵਾ? ਇੱਕ ਗਰੀਬ ਜਨਤਾ ਨੂੰ ਕੀ ਮਿਲਦਾ ਹੈ? ਦੇਖੋ, ਕਰਪਸ਼ਨ ਵੱਧ ਗਈ ਹੈ, ਬੇਰੁਜ਼ਗਾਰੀ ਵੱਧ ਗਈ ਹੈ, ਠੀਕ ਹੈ, ਗੁੰਡਾਗਰਦੀ ਇੰਨੀ ਹੈ, ਨਸ਼ਾ ਹਰ ਕੋਈ ਵਿਕ ਰਿਹਾ ਪਿਆ। ਕਿਸੇ ਵੀ ਹੋਵੇ ਨਾ, ਜਿਹੜੀ ਵੀ ਪੰਜ ਪਾਰਟੀ ਹੋਵੇ, ਜਾਂ ਸਰਕਾਰ ਕਾਂਗਰਸ ਆਵੇ, ਜਾਂ ਬੀਜੇਪੀ ਆਵੇ, ਜਿਹੜੀ ਵੀ ਆਵੇ, ਇੱਕ ਥੱਲੜੇ ਲੈਵਲ ਤੋਂ ਸਟਾਰਟ ਹੋਣ ਕਿ ਆਮ ਬੰਦੇ ਨੂੰ ਕੁਛ ਨਾ ਹੋਈ। ਰੁਝਾਨ ਦੀ ਗੱਲ ਕਰੀਏ, ਨਤੀਜਿਆਂ ਦੀ ਗੱਲ ਕਰੀਏ, ਕੀ ਲੱਗਦਾ ਵਾ ਵੀ ਹੁਣ ਕਿਹੜੀ ਸਰਕਾਰ ਬਣਨ ਜਾ ਰਹੀ ਹੈ? ਲੋਕਾਂ ਨੇ ਆਪਣੇ ਮਾਦਾ ਦਾਨ ਕੀਤਾ ਹੈ, ਆਖਿਰ ਕਿਹੜੀ ਸਰਕਾਰ ਨੂੰ ਚੁਣਿਆ ਹੋਊਗਾ? ਕੱਲ੍ਹ ਦੇ ਨਤੀਜੇ ਕੀ ਆਉਣਗੇ? ਦੇਖੋ, ਸਰਕਾਰ 'ਤੇ ਜਾਂ ਤਾਂ ਬੀਜੇਪੀ ਹੈਗੀ ਜਾਂ ਕਾਂਗਰਸ, ਦੋਨਾਂ 'ਚ ਇੱਕ ਹੀ ਹੈਗੀ, ਠੀਕ ਹੈ। ਹੁਣ ਜਿਹੜੀ ਵੀ ਆਵੇ, ਬਸ ਚੰਗੀ ਆਵੇ। ਸੋ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਸੀ 13-0 ਦਾ, ਜਿਹੜਾ ਨਾਰਾ ਦਿੱਤਾ ਗਿਆ ਸੀ, ਕਿਸ ਤਰ੍ਹਾਂ ਦੇ? ਕੁਛ ਨਹੀਂ ਹੈ, ਉਹ ਤਾਂ ਸਮਝੋ ਕਿ ਹਵਾ ਦਾ ਗੱਲ ਹੋ ਗਈ ਹੈ, ਹਵਾਈ ਜੀ ਹਵਾਈ ਗਈ ਵਾ। ਬਾਕੀ ਇਹਨਾਂ ਦੋਨਾਂ ਜਗ੍ਹਾ ਬੀਜੇਪੀ ਜਾਂ ਕਾਂਗਰਸ, ਦੋਨਾਂ 'ਚੋਂ ਇੱਕ ਪਾਰਟੀ ਹੈਗੀ ਹੈ, ਜਿਹਦੇ ਹੋਰ ਆਮ ਪਾਰਟੀ 'ਤੇ ਨਹੀਂ ਆਉਂਦੀ, ਕੋਈ ਮਿਲਿਆ ਵੀ ਨਹੀਂ ਕਿਤੇ, ਵੋਟ ਕਿੰਨੇ ਪਾਉਣੀ ਹੈ ਜਿਹਦੇ ਮਿਲਿਆ? ਆਮ ਆਦਮੀ ਪਾਰਟੀ ਅਤੇ ਕਾਂਗਰਸ ਹੀ ਕਿਉਂ? ਕਾਂਗਰਸ ਅਤੇ ਬੀਜੇਪੀ ਹੀ ਕਿਉਂ? ਕਿਉਂਕਿ ਆਮ ਪਾਰਟੀ ਵੱਲ ਲੋਕਾਂ ਨੂੰ ਪਹਿਲੇ ਉਮੀਦ ਬੜੀ ਸੀ, ਲੋਕਾਂ ਨੇ ਵੱਧ ਚੜ ਕੇ ਵੋਟ ਪਾਈ ਆ, ਵੋਟਿੰਗ ਕੀਤੀ, ਬਹੁਤ ਜ਼ਿਆਦਾ ਵਧੀਆ ਰਿਸਪੋਂਸ ਦਿੱਤਾ, ਲੇਕਿਨ ਉਹ ਰਿਜ਼ਲਟ ਨਹੀਂ ਮਿਲਿਆ। ਜੋ ਲੋਕਾਂ ਨੂੰ ਉਮੀਦ ਸੀ, ਉਹ ਉਮੀਦ ਤਾਂ ਖਰੇ ਨਹੀਂ ਹੋਏ। ਉਹ ਹੰਤਮਾਨ ਸਾਹਿਬ ਕਹਿੰਦੇ ਬਹੁਤ ਕੁਛ ਸੀ, ਲੇਕਿਨ ਗੱਲਾਂ ਨਾਲ ਸਾਲੀ ਲੋਕ ਹਰ ਕੋਈ ਹਰ ਕੇ ਨਾ, ਅੱਜ ਕੱਲ੍ਹ ਪੜ੍ਹੇ ਲਿਖਿਆ ਹੋ ਗਿਆ, ਠੀਕ ਹੈ ਨਾ, ਐਜੂਕੇਟਡ ਹੋ ਗਿਆ, ਹਰ ਕਿਸੇ ਨੂੰ ਸਮਝ ਹੈ ਕਿ ਕਿਹਨੂੰ ਕਿਹੜਾ ਬੰਦਾ ਸਹੀ ਹੈ ਕਿਹੜਾ ਨਹੀਂ, ਹਰ ਕਿਸੇ ਨੂੰ ਪਤਾ ਲੱਗਦਾ ਵਾ। ਕੋਈ ਨਿਆਣਾ ਨਹੀਂ ਗਾ, ਹਰ ਕੋਈ ਪੜ੍ਹਿਆ ਲਿਖਿਆ ਵਾ, ਐਜੂਕੇਟਡ। 4 ਜੂਨ ਨੂੰ ਜਦੋਂ ਵੋਟਿੰਗ ਸ਼ੁਰੂ ਹੋਣੀ ਹੈ, ਅਤੇ ਨਤੀਜੇ ਜਦੋਂ ਸਾਹਮਣੇ ਆਉਣੇ ਨੇ, ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਕਿ ਤੁਹਾਨੂੰ ਲੱਗਦਾ ਗੁਰੂ ਨਗਰੀ 'ਚ ਬਣੇਗਾ? ਵੈਸੇ ਦੇਖੋ ਜੀ, ਕੋਈ ਵੀ ਜਿੱਤੇ,
ਆਪਸ 'ਚ ਕੋਈ ਇਹੋ ਜਿਹਾ ਕੰਮ ਨਹੀਂ ਹੋਣਾ ਜਿੱਦਾਂ ਕਿ ਮਾਹੌਲ ਖਰਾਬ ਹੋਏ। ਬਾਕੀ ਇਹ ਵੈ ਜੋ ਇੱਕ ਦੀ ਹਾਰ ਇੱਕ ਦੀ ਜਿੱਤ ਹੁੰਦੀ ਹੁੰਦੀ ਹੈ, ਠੀਕ ਹੈ ਨਾ। ਦੋਨਾਂ 'ਚ ਇੱਕ ਜਾਣ ਇੱਕ ਜਿੱਦਾਂ ਇੱਕ ਹਾਰਦਾ ਵਾ, ਇਹ 'ਚ ਕਿਸੇ ਨੂੰ ਵੀ ਕੋਈ ਗਿਲਾ ਸ਼ੁਕਾ ਨਹੀਂ ਹੋ ਜਾਂਦਾ, ਜਿਹੜੀ ਮਰਜ਼ੀ ਪਾਰਟੀ ਜਿੱਤੇ ਜਿਹੜੀ ਮਰਜ਼ੀ ਹਾਰੇ। ਸੋ ਗੁਰੂ ਨਗਰੀ ਦੇ ਲੋਕ ਜਿਨ੍ਹਾਂ ਨੇ ਪਹਿਲਾਂ 1 ਜੂਨ ਤੱਕ ਵੋਟਾਂ ਪਾਉਣ ਦੀ ਜਿਹੜੀ ਇਹ ਇੰਤਜ਼ਾਰ ਕੀਤਾ ਸੀ, ਅਤੇ ਹੁਣ ਜਿਹੜਾ ਰੁਝਾਨ ਕੀ ਹੋਣਗੇ, ਨਤੀਜੇ ਕੀ ਹੋਣਗੇ, ਉਹਨਾਂ ਦੇ ਇੰਤਜ਼ਾਰ ਦੇ ਵਿੱਚ ਲੋਕ ਜਿਹੜੇ ਨੇ ਅੱਜ ਬੈਠੇ ਹੋਏ ਨੇ, ਕੱਲ੍ਹ ਜਿਹੜੀ ਕਾਊਂਟਿੰਗ ਸ਼ੁਰੂ ਹੋਏਗੀ ਅਤੇ ਨਤੀਜੇ ਜਿਹੜੇ ਸਾਹਮਣੇ ਹੋਣਗੇ ਉਸ ਬਾਰੇ ਗੱਲ। ਸੋ ਦਲੀਪ ਬਾਤ ਕਰੇ ਤੋ ਪੰਜਾਬ ਮੇਂ ਸੱਤਵੇਂ ਚਰਨ ਕੀ ਜੋ ਵੋਟਿੰਗ ਹੋਣੀ ਦੀ ਹੋ ਗਈ, 4 ਤਰੀਕ ਕੋ ਨਤੀਜੇ ਆਣੇ ਹੈ, ਕਿਆ ਲੱਗਤਾ ਹੈ ਵੀ ਦੇਸ਼ ਮੇਂ ਕੌਨ ਸੀ ਸਰਕਾਰ ਬਣੇਗੀ? ਮੁਝੇ ਤੋ ਲੱਗਤਾ ਬੀਜੇਪੀ ਬਣੇਗੀ, ਕਿਉਂਕਿ ਬਾਕੀ ਜਗ੍ਹਾ ਤੋਂ ਬੀਜੇਪੀ ਹੈ। ਅੰਮ੍ਰਿਤਸਰ ਦੇ ਵਿੱਚ ਥੋੜ੍ਹਾ ਜਿਹਾ ਮਾਹੌਲ ਹੈ ਮਿਕਸ ਕਾਂਗਰਸ ਬੀਜੇਪੀ ਦਾ, ਪਰ ਉਮੀਦ ਹੈ ਬੀਜੇਪੀ ਇੱਥੋਂ ਵੀ ਆਊਗੀ। ਆਖਿਰ ਬੀਜੇਪੀ ਹੀ ਕਿਉਂ? ਕਿਉਂਕਿ ਕਈ ਪਾਰਟੀਆਂ ਨੇ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਹੋਰ ਵੀ ਕਈ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਇਸ ਜੰਗ ਸਿਆਸਤ ਦੇ ਮੈਦਾਨ ਦੇ ਵਿੱਚ ਹੈਗੀਆਂ ਨੇ, ਬੀਜੇਪੀ ਹੀ ਕਿਉਂ? ਭਾਈ ਦੇਖੋ, ਮੋਦੀ ਜਿਹੜਾ ਬੰਦਾ ਹੈ ਆਪਣੀ ਜਗ੍ਹਾ ਉਹ ਠੀਕ ਹੈ, ਅਤੇ ਫੋਰਨ ਕੰਟਰੀ ਦੇ ਵੇਖ ਲਓ, ਉਹ ਵੀ ਆਪਣਾ ਦਬਦਬਾ ਬਣਾ ਕੇ ਰੱਖਿਆ ਪੂਰਾ, ਅਤੇ ਇਸ ਕਰਕੇ ਮੋਦੀ ਚੰਗਾ ਕੰਮ ਕਰਦਾ ਪਿਆ, ਠੀਕ ਹੈ। ਬਾਕੀ ਦੇਖੋ, 19 ਸਾਲ ਕਾਂਗਰਸ ਰਹੇ, ਉਹਨੇ ਕੀ ਕੀਤਾ? ਕੁਛ ਨਹੀਂ ਕੀਤਾ। ਸਭ ਪਕਸ਼ ਦਾ ਕਹਿਣਾ ਵੀ ਜੁਮਲੇਬਾਜ਼ੀ ਜ਼ਿਆਦਾ ਕੀਤੀ ਜਾਂਦੀ ਬੀਜੇਪੀ? ਇੱਦਾਂ ਉੱਦਾਂ ਬੀਜੇਪੀ ਠੀਕ ਹੈ, ਮੇਰੇ ਹਿਸਾਬ ਨਾਲ ਠੀਕ ਹੈ, ਬਾਕੀ ਲੋਕਾਂ ਨੇ ਸਪੋਰਟ ਵੀ ਕੀਤਾ, ਤੁਸੀਂ ਵੇਖ ਲਓ ਬੀਜੇਪੀ ਆਊਗੀ ਇਹ 'ਚ। ਸੋ ਬੀਜੇਪੀ ਦਾ ਜਿਹੜਾ ਨਾਰਾ 400 ਵੱਧ ਜਿਹੜੀਆਂ ਸੀਟਾਂ ਵਾ, ਕੀ ਲੱਗਦਾ ਵੀ 400 ਤੋਂ ਵੱਧ? ਉਹ ਤਾਂ ਨਹੀਂ ਆਊਗੀ, ਪਰ 360-370 ਕਰੀਬ ਆਊਗੀ। ਸੋ ਇਹ ਲੋਕ ਨੇ ਜਿਹੜੇ ਕਿ ਦੱਸ ਰਹੇ ਨੇ ਵੀ ਯੂਪੀ ਤੋਂ ਦਲੀਪ ਕੁਮਾਰ ਜੀ ਨੇ ਕਿ ਦੱਸਿਆ ਹੈ ਵੀ ਚਾਹੇ ਪੰਜਾਬ ਦੇ ਵਿੱਚ ਹੋਰ ਰੁਝਾਨ ਹੋਏਗਾ, ਲੇਕਿਨ ਕੇਂਦਰ ਦੀ ਗੱਲ ਕਰੀਏ ਤਾਂ ਬੀਜੇਪੀ ਦੀ ਸਰਕਾਰ ਜਿਹੜੀ ਹੈ 400 ਦਾ ਅੰਕੜਾ ਜਿਹੜਾ ਉਹਨਾਂ ਵੱਲੋਂ ਇੱਕ ਨਾਰਾ ਦਿੱਤਾ ਗਿਆ ਬੀਜੇਪੀ ਦਾ 400 ਪਾਰ ਦਾ ਨਾਰਾ, ਲੇਕਿਨ ਉਹਨਾਂ ਨੇ ਕਿਹਾ ਵੀ 400 ਚਾਹੇ ਆਏ ਨਾ ਆਏ, 360 ਸੀਟਾਂ ਦੇ ਨਾਲ ਬੀਜੇਪੀ ਜਿਹੜੀ ਹੈ ਕੇਂਦਰ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਏਗੀ। ਸੋ ਨਿਰੰਤਰ ਗੁਰੂਨਗਰੀ ਅੰਮ੍ਰਿਤਸਰ ਦੇ ਲੋਕਾਂ ਨਾਲ ਗੱਲਬਾਤ ਚੱਲ ਰਹੀ, ਆਪਣਾ ਨਾਂ ਦੱਸ ਕੇ ਭਾਅ ਜੀ ਕੀ ਨਾਮ? ਦੀਪਕ। ਹਾਂਜੀ ਦੀਪਕ ਜੀ, ਕਿਸ ਤਰ੍ਹਾਂ ਦੇਖਦੇ ਹੋ 1 ਜੂਨ ਨੂੰ ਜਿਹੜੀਆਂ ਵੋਟਾਂ ਪੈ ਚੁੱਕੀਆਂ ਨੇ, ਹੁਣ ਨਤੀਜੇ ਆਉਣੇ ਨੇ, ਕਿਸ ਤਰ੍ਹਾਂ ਦੇਖਦੇ ਹੋ ਕੱਲ੍ਹ 4 ਤਰੀਕ ਨੂੰ ਵੋਟਿੰਗ ਜਿਹੜੀ ਹੈ ਸ਼ੁਰੂ ਹੋਣ ਲੱਗੀ, ਗਿਣਤੀ ਸ਼ੁਰੂ ਹੋਏਗੀ, ਕੀ ਰੁਝਾਨ ਰਹਿਣਗੇ, ਕਿਹੜੀ ਸਰਕਾਰ ਬਣ ਸਕਦੀ? ਬੀਜੇਪੀ ਬਣੇਗੀ ਜੀ। ਬੀਜੇਪੀ ਹੀ ਕਿਉਂ? ਬੀਜੇਪੀ ਨੇ ਕੋਈ ਕੰਮ ਹੀ ਬੜੇ ਵੱਡੇ ਵੱਡੇ ਕੀਤੇ, ਜਿਵੇਂ 3 ਤਲਾਕ ਖਤਮ ਕਰਤੇ, ਰਾਮ ਮੰਦਰ ਬਣਵਾਤਾ, ਹੋਰ ਕਈ ਮੋਟੇ ਵੱਡੇ ਕੰਮ ਕਰਾਤੇ ਨੇ, ਜ਼ਿੰਮੇਵਾਰ ਪਾਰਟੀ ਇੰਡੀਆ ਦੀ। ਸੋ ਇੰਡੀਆ ਗਠਬੰਧਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਵੀ ਇਹ ਸਿਰਫ ਇੱਕ 400 ਪਾਰ ਦਾ ਜਿਹੜਾ ਨਾਰਾ ਦਿੱਤਾ ਗਿਆ ਵਾ, ਉਹ ਕਦੇ ਵੀ ਪਾਰ ਨਹੀਂ ਹੋਏਗਾ, ਇੰਡੀਆ ਗਠਬੰਧਨ ਦੀ ਜਿਹੜੀ ਸਰਕਾਰ ਬਣੇਗੀ। ਅਤੇ ਇੱਥੋਂ ਤੱਕ ਰਾਹੁਲ ਗਾਂਧੀ ਨੇ ਕਹਿ ਦਿੱਤਾ ਵੀ ਸਿੱਧੂ ਮੂਸੇਵਾਲਾ ਦਾ ਗੀਤ 295 ਜਿਵੇਂ ਸੁਣਨ 'ਚ ਲੋਕਾਂ ਨੂੰ ਵਧੀਆ ਲੱਗਾ, ਉਸ ਤਰ੍ਹਾਂ ਕਾਂਗਰਸ ਦੀਆਂ ਜਿਹੜੀਆਂ ਸੀਟਾਂ 295 ਪਲੱਸ ਆਉਣਗੀਆਂ। ਨਹੀਂ, ਇਹੋ ਜਿਹੀ ਗੱਲ ਨਹੀਂ ਕੋਈ, ਕਾਂਗਰਸ ਸਰਕਾਰ ਨਹੀਂ ਆਉਂਦੀ, ਆਏਗੀ ਬੀਜੇਪੀ ਹੀ। 400 ਦੀ ਤਾਂ ਚਲੋ 350 ਤਾਂ ਆਏਗੀ, ਘੱਟੋ ਘੱਟ ਸੀਟਾਂ ਲਏਗੀ ਬੀਜੇਪੀ। ਸੋ ਇੰਡੀਆ ਗਠਬੰਧਨ ਨੂੰ ਕਿਤਨਾ ਦੇਖਦੇ ਹੋ, ਜਿਹੜਾ ਕਿ ਸਾਰੀਆਂ ਪਾਰਟੀਆਂ ਵੱਲੋਂ ਰਲ ਕੇ ਇੱਕ ਗੱਲ ਕੀਤੀ ਗਈ ਹੈ ਵੀ ਇਸ ਵਾਰ ਮੋਦੀ ਨੂੰ ਜਿਹੜਾ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਨਹੀਂ ਬਣਨ ਦਿੱਤਾ ਜਾਏਗਾ, ਇੰਡੀਆ ਗਠਬੰਧਨ ਦੀ ਸਰਕਾਰ ਬਣੇਗੀ ਅਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ? ਨਹੀਂ, ਪ੍ਰਧਾਨ ਮੰਤਰੀ ਉਹੀ ਬਣਗੇ, ਮੋਦੀ ਸਰਕਾਰ ਹੀ ਬਣੇਗੀ। ਸੋ ਕਿਤੇ ਨਾ ਕਿਤੇ ਮੋਦੀ ਭਗਤਾਂ ਦਾ ਕਹਿਣਾ ਹੈ ਵੀ ਕੇਂਦਰ ਦੇ ਵਿੱਚ ਮੋਦੀ ਸਰਕਾਰ ਆਏਗੀ, ਲੇਕਿਨ ਨਿਰੰਤਰ ਗੱਲਬਾਤ ਗੁਰੂਨਗਰੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਆਪਣੇ ਮਾਦਾ ਦਾਨ ਕੀਤਾ, ਅਤੇ ਹੁਣ ਜਿਹੜੇ ਨਤੀਜੇ ਨੇ 4 ਜੂਨ ਨੂੰ ਆਉਣ ਵਾਲੇ ਨੇ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ, ਅਤੇ ਵੱਖ ਵੱਖ ਰਾਏ ਜਿਹੜੀ ਹੈ ਲੋਕਾਂ ਵੱਲੋਂ ਆਪਣੀ ਦਿੱਤੀ ਜਾ ਰਹੀ ਹੈ। ਸੋ ਗੱਲਬਾਤ ਜਾਰੀ। ਹਾਂਜੀ, ਆਪਣਾ ਨਾਮ ਬਤਾ ਕਰ, ਆਪਣਾ ਕਿਆ ਨਾਮ ਹੈ? ਜੈ ਜੈ ਰਾਮ। ਔਰ ਵੋਟਿੰਗ ਹੋ ਗਈ ਹੈ, ਨਤੀਜੇ ਆਉਣੇ ਹੈ, ਕੱਲ੍ਹ ਕੈਸੇ ਦੇਖਦੇ ਹੋ, ਕੌਣ ਸੀ ਸਰਕਾਰ ਬਣੇਗੀ? ਮੈਂ ਤਾਂ ਭਾਜਪਾ ਹੀ ਹੈ। ਭਾਜਪਾ ਹੀ ਬਣੇਗੀ, ਕੈਸੇ ਲੱਗਦਾ ਵੀ ਭਾਜਪਾ ਹੀ ਕਿਉਂ ਬਣੇਗੀ? ਯਹਾਂ ਕਿ ਨਹੀਂ ਆਪ ਨਹੀਂ ਕਿਧਰ ਕੀ ਬਾਤ ਕਰ ਰਹਾ ਹੂੰ, ਯੂਪੀ ਮੇਂ ਬਾਤ ਕਰ ਰਹਾ ਹੂੰ। ਯੂਪੀ ਕੀ ਬਾਤ? ਯੂਪੀ ਵੀ ਭਾਰਤ ਮੇਂ ਹੀ ਹੈ, ਤੋ ਯੂਪੀ ਕੀ ਬਾਤ ਕਰੇ, ਪੰਜਾਬ ਕੀ ਬਾਤ ਕਰੇ, ਤੋ ਸਰਕਾਰ ਜੋ ਹੈ ਕੇਂਦਰ ਮੇਂ ਬਣਨੇ ਜਾ ਰਹੀ, ਕੌਣ ਸੀ ਸਰਕਾਰ ਬਣੇ? ਇਹ ਤਾਂ ਭਾਜਪਾ ਹੀ ਹੈ। ਸੋ ਨਿਰੰਤਰ ਲੋਕਾਂ ਦੇ ਇੱਕ ਦਿਲ ਦੇ ਵਿੱਚ ਗੱਲ ਆ ਵੀ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ, ਹੁਣ
ਦੇਖਣਾ ਹੋਏਗਾ ਵੀ ਕੱਲ੍ਹ 4 ਜੂਨ ਨੂੰ ਜਿਹੜੇ ਨਤੀਜੇ ਆਉਣੇ ਨੇ ਉਹ ਕਿਸ ਤਰ੍ਹਾਂ ਦੇ ਆਉਂਦੇ ਨੇ। ਰੋਬਿਨ ਜੀ ਗੱਲ ਕਰੀਏ ਜੀ, 1 ਤਰੀਕ ਨੂੰ ਵੋਟਾਂ ਪਾ ਦਿੱਤੀਆਂ, ਹੁਣ ਨਤੀਜੇ ਆਉਣੇ ਨੇ, ਕਿਸ ਤਰ੍ਹਾਂ ਦੇਖਦੇ ਹੋ ਵੀ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਜਿਹੜੀਆਂ ਨੇ, ਕਿਹੜੀ ਸਰਕਾਰ ਦੇ ਹਿੱਸੇ ਆਉਣਗੀਆਂ ਅਤੇ ਕੇਂਦਰ 'ਚ ਕਿਹੜੀ ਸਰਕਾਰ ਬਣੇ? ਕੇਂਦਰ 'ਚ ਤਾਂ ਬੀਜੇਪੀ ਹੈ ਭਾਅ ਜੀ ਜਿਹੜੀ ਆਏਗੀ ਸਰਕਾਰ। ਜੇ ਪੰਜਾਬ ਦੇ ਵਿੱਚ ਦੱਸੀਏ 3 ਕੁ ਸੀਟਾਂ ਤੁਸੀਂ ਝਾੜੂ ਦੀ ਲਾ ਲਓ, 3 ਕੁ ਉਹਦੀ, 3-4 ਤੁਸੀਂ ਕਾਂਗਰਸ ਸਰਕਾਰ ਦੀ ਲਾ ਲਓ, ਬਾਕੀ ਰਲੀ ਮਿਲੀ ਸਰਕਾਰ ਹੈ ਮਿਕਸ। ਨਹੀਂ, ਆਮ ਆਦਮੀ ਪਾਰਟੀ ਵੱਲੋਂ ਨਾਰਾ ਦਿੱਤਾ ਗਿਆ 13-0 ਦਾ ਵੀ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਣਗੀਆਂ, ਕਿਸ ਤਰ੍ਹਾਂ ਦੇਖਦੇ? ਨਹੀਂ ਪੈ ਸਕਦੀਆਂ ਮਹਾਰਾਜ, ਆਮ ਆਦਮੀ ਨਹੀਂ ਕੁਛ ਕੀਤਾ ਹੀ ਨਹੀਂ ਉਹਨਾਂ ਨੇ, ਆਮ ਆਦਮੀ ਵਾਲਿਆਂ ਨੇ ਜਦੋਂ ਦੀ ਸਰਕਾਰ ਬਣੀ ਹੈ ਕੁਛ ਨਹੀਂ ਕੀਤਾ ਉਹਨਾਂ ਨੇ। ਸਾਰੀ ਸਹੂਲਤਾਂ ਤਾਂ ਜਿਹੜੀ ਚੱਲਦੀ ਆ ਰਹੀ ਹੈ ਬਾਦਲ ਸਰਕਾਰ ਤੋਂ ਪਹਿਲਾਂ ਉਹੀ ਚੱਲੀ ਜਾ ਰਹੀ ਹੈ, ਬਸ ਜਿਹੜੀ 100 ਯੂਨਿਟ ਜਿਹੜੀ ਬੱਤੀ ਉਹਨਾਂ ਨੇ ਮਾਫ਼ ਕੀਤੀ ਸੀ ਐਕਸਟਰਾ, ਬਾਕੀ ਉਹਨਾਂ ਨੇ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਕੋਈ ਪੂਰੇ ਨਹੀਂ ਹੋਏ। ਕਾਂਗਰਸ ਸਰਕਾਰ ਹੀ ਉਹਨਾਂ ਨੇ ਵੀ ਇੱਕ ਇੱਕ ਘਰ ਦੇ ਵਿੱਚ ਨੌਕਰੀ ਦਾ ਵਾਅਦਾ ਕੀਤਾ ਸੀ, ਉਹ ਵੀ ਨੌਕਰੀ ਅੱਜ ਤੱਕ ਲੱਗਣੀ, ਬੀ ਏ ਪਾਸ ਮੈਂ ਬੈਠਾ, ਬੂਟ ਪਾਲਿਸ਼ ਕਰਦਾ ਮੈਂ, ਬਹਿ ਕੇ ਬੱਚੇ ਪਾਲਦਾ ਮੈਂ ਆਪਣੇ, ਪਰ ਉਹਨਾਂ ਨੇ ਕੋਈ ਕਿਸੇ ਬਾਰੇ ਕੋਈ ਨਹੀਂ ਸੋਚਿਆ, ਕੁਛ ਨਹੀਂ ਕੀਤਾ। ਜਿਹੜੀ ਚੀਜ਼ ਆ ਕਾਂਗਰਸ ਸਰਕਾਰ ਵੀ ਵਾਅਦਾ ਕਰਦੀ ਸੀ ਹਰ ਘਰ 'ਚ ਬੰਦੇ ਨੂੰ। ਅੰਮ੍ਰਿਤਸਰ ਦਾ ਇਹ ਹਾਲ ਗੇਟ ਹੈ, ਮੈਂ ਕਹਾਂਗਾ ਵੀ ਤਸਵੀਰਾਂ ਇੱਕ ਵਾਰੀ ਸਾਂਝੀਆਂ ਕੀਤੀਆਂ ਜਾਣ ਵੀ ਇਹ ਉਹ ਹਾਲ ਗੇਟ ਹੈ ਜਦੋਂ ਕੋਈ ਵੀ ਸਿਆਸੀ ਪਾਰਟੀ ਅੰਮ੍ਰਿਤਸਰ ਦੇ ਵਿੱਚ ਐਂਟਰ ਹੁੰਦੀ ਹੈ ਅਤੇ ਇਸ ਬਾਜ਼ਾਰ ਦੇ ਵਿੱਚੋਂ ਰੋਡ ਸ਼ੋਅ ਕੱਢੇ ਜਾਂਦੇ ਨੇ, ਲੋਕਾਂ ਨਾਲ ਲਬਾਵਣੇ ਵਾਅਦੇ ਕੀਤੇ ਜਾਂਦੇ ਨੇ ਅਤੇ ਇਸੇ ਰੋਡ ਦੇ ਉੱਪਰੋਂ ਵੱਡੇ ਵੱਡੇ ਕਾਫਲੇ ਜਿਹੜੇ ਰਾਜਨੀਤਿਕ ਆਗੂਆਂ ਦੇ ਨਿਕਲਦੇ ਨੇ। ਸੋ 1 ਤਰੀਕ ਤੋਂ ਬਾਅਦ ਕਿਸੇ ਮੰਤਰੀ ਨੇ, ਕਿਸੇ ਰਾਜਨੀਤਿਕ ਆਗੂ ਨੇ ਆਣ ਕੇ ਕਿਸੇ ਦੁਕਾਨਦਾਰ ਦੀ ਸਾਰ ਲਈ ਹੋਵੇ, ਕਿਉਂਕਿ ਜਦੋਂ ਚੋਣਾਂ ਦਾ ਪ੍ਰਚਾਰ ਕਰਨਾ ਹੁੰਦਾ ਤਾਂ ਇਸੇ ਹੀ ਹਾਲ ਗੇਟ ਦੇ ਉੱਪਰੋਂ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਰੋਡ ਸ਼ੋਅ ਕੱਢੇ ਜਾਂਦੇ ਨੇ। ਕੀ ਲੱਗਦਾ ਹੁਣ ਵੀ ਕੋਈ ਤੁਹਾਡਾ ਪਤਾ? ਕੋਈ ਨਹੀਂ ਆਉਂਦਾ ਮਹਾਰਾਜ, ਉਸ ਤੋਂ ਬਾਅਦ ਕੋਈ ਨਹੀਂ ਆਉਂਦਾ, ਕੋਈ ਪੁੱਛਣ ਵਾਲਾ ਨਹੀਂ ਗਾ, ਬਾਅਦ 'ਚ ਜਿਹੜਾ ਜਿੱਤ ਗਿਆ ਆਪਣੇ ਘਰ ਬਹਿ ਗਿਆ, ਬਸ ਕੋਈ ਕਿਸੇ ਦੀ ਪੁੱਛ ਕਿਸ ਨਹੀਂ ਗੀ। ਸੋ ਕਿਤੇ ਨਾ ਕਿਤੇ ਵੋਟਾਂ ਪੈ ਚੁੱਕੀਆਂ ਨੇ, 1 ਜੂਨ ਨੂੰ ਵੋਟਾਂ ਪਾਏ, ਹੁਣ 4 ਜੂਨ ਨੂੰ ਨਤੀਜੇ ਆਉਣੇ ਨੇ, ਵੱਡੇ ਵੱਡੇ ਪ੍ਰਚਾਰ, ਵੱਡੇ ਵੱਡੇ ਹੋਰਡਿੰਗ ਸ਼ਹਿਰ 'ਚ ਲੱਗੇ ਹੋਏ ਸਨ, ਇਸੇ ਹਾਲ ਗੇਟ ਦੇ ਵਿੱਚ ਵੱਡੇ ਵੱਡੇ ਕਾਫਲੇ ਰੋਡ ਸ਼ੋਅ ਹੋਏ, ਅੱਜ ਕੋਈ ਸਾਰ ਲੈਣ ਪਹੁੰਚ ਰਿਹਾ, ਨਤੀਜੇ ਆ ਰਹੇ ਨੇ ਕੱਲ੍ਹ? ਨਤੀਜੇ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਫ਼ ਗੱਲ ਕਹਿੰਦਾ ਵਾਂ ਕਿ ਜਿਹੜੇ ਆਉਂਦੇ ਆ ਵਾਅਦੇ ਤਾਂ ਬੜੇ ਬੜੇ ਕਰਦੇ ਆ, ਪਰ ਉਹ ਵਾਅਦੇ 'ਤੇ ਉਤਰਦੇ ਨਹੀਂ ਹੈ, ਟਾਈਮ 'ਤੇ ਮਤਲਬ ਆਪਣੇ ਟਾਈਮ ਕੱਢ ਕੇ ਨਾ ਉਸ ਤੋਂ ਬਾਅਦ ਇਹ ਬਦਲ ਜਾਂਦੇ ਆ। ਇਹ ਕਿਸੇ ਨੂੰ ਕਿਸੇ ਦੀ ਕੋਈ ਵੋਟ ਪਾ ਕੇ ਆਏ ਹੋ? ਵੋਟ ਪਾ ਕੇ ਆਏ ਆ, ਮੈਂ ਕਹਾਂਗਾ ਨਿਸ਼ਾਨ ਇੱਕ ਵਾਰ ਦਿਖਾਇਆ ਜਾਵੇ, ਵੋਟ ਪਾ ਕੇ ਆਏ ਆ ਇਹਨਾਂ ਨੇ ਕਰ ਦਿੱਤਾ ਹੈ, ਲੇਕਿਨ ਹੁਣ ਰੁਝਾਨ ਜਿਹੜੇ ਨੇ 4 ਜੂਨ ਨੂੰ ਜਿਹੜੇ ਆਉਣੇ ਨੇ, ਕਿਸ ਤਰ੍ਹਾਂ ਦੇਖਦੇ ਹੋ ਕਿਹੜੀ ਸਰਕਾਰ ਜਿਹੜੀ ਬਣਨ ਜਾ ਰਹੀ ਹੈ? ਸਰਕਾਰ ਦੇਖੋ ਜੀ, ਕੋਈ ਵੀ ਬਣੇ ਅਤੇ ਸਰਕਾਰ ਤਾਂ ਜਿਹੜੀ ਆਉਣੀ ਤਾਂ ਉੱਥੇ ਉਹ ਹੀ ਹੈ ਜਿਹੜੀ ਸੈਂਟਰ ਦੀ ਸਰਕਾਰ ਹੈ, ਉਹ ਤਾਂ ਉਹੀ ਆਉਣੀ ਹੈ, ਹੁਣ ਤਾਂ ਕੋਈ ਹਿਲਾ ਨਹੀਂ ਸਕਦਾ। ਗਠਬੰਧਨ ਦਾ ਕਹਿਣਾ ਵਾ ਵੀ ਇਸ ਵਾਰ ਬੀਜੇਪੀ ਦੀ ਜਿਹੜੀ ਸਰਕਾਰ ਕੇਂਦਰ 'ਚ ਨਹੀਂ ਆਏਗੀ, ਇਹਨੂੰ ਫਰਕ ਪਏਗਾ, ਮੋਦੀ ਨੂੰ ਅੱਜ ਕੀ ਸੀਟਾਂ ਘੱਟ ਮਿਲਣੀਆਂ, ਭਾਵੇਂ ਆਵੇ ਉਹ, ਆਉਣਾ ਉਹ ਨਹੀਂ ਹੈ ਪਰ ਸੀਟਾਂ ਘੱਟ ਮਿਲਣੀਆਂ ਉਹਨੂੰ ਸੀਟਾਂ ਹੁਣ ਘੱਟ ਮਿਲਣੀਆਂ ਅੱਜ ਕੀ, ਕਿਉਂਕਿ ਇਹਦੇ ਨਾਲੋਂ ਕਈ ਸਟੇਟਾਂ ਨਾਰਾਜ਼ ਬੜੀਆਂ ਹੈਗੀਆਂ, ਨਾਰਾਜ਼ ਬੜੀਆਂ ਜਿਹੜੇ ਮਤਲਬ ਇਹ ਕੰਮ ਕਰਦੇ ਆ, ਮਤਲਬ ਜ਼ਿਆਦਾ ਸ਼ਾਹੂਕਾਰਾਂ ਦਾ, ਜਿਹੜੀਆਂ ਟੋਪ ਲੈਵਲ ਦੇ ਬੰਦੇ ਆ ਜਿਹੜੇ ਇਹ ਉਹਨਾਂ ਦਾ ਮਤਲਬ ਉਹਨਾਂ ਨੇ ਪੈਸੇ ਇਹਨਾਂ ਨੂੰ ਦੇਣੇ ਹੁੰਦੇ ਆ ਇਲੈਕਸ਼ਨ। ਬੀਜੇਪੀ ਸਰਕਾਰ ਦਾ ਕਹਿਣਾ ਵੀ ਕਈ ਜਿਹੜੀਆਂ ਸਹੂਲਤਾਂ ਗਰੀਬਾਂ ਵਾਸਤੇ ਭੇਜੀਆਂ ਜਾਂਦੀਆਂ ਸੂਬਾ ਸਰਕਾਰ ਤੱਕ ਪਹੁੰਚਣ ਨਹੀਂ ਦਿੰਦੇ। ਮਹਾਰਾਜ ਮਿਲਦਾ ਤਾਂ ਬੜਾ ਕੁਛ ਹੈ, ਪਰ ਰਾਹ 'ਚ ਆਉਂਦੇ 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 ਨਾ ਉਹ ਰੁਪਈਆ ਭੇਜਦੇ ਨਾ ਅਤੇ 15 ਪੈਸੇ ਰਹਿ ਜਾਂਦੇ ਆ ਵਿੱਚੋਂ, ਤਾਂ ਰਾਹ ਦੇ ਵਿੱਚ ਉੱਡਦੇ ਹੀ ਜਾਂਦੇ ਆ ਨਾ, ਉੱਡਦੇ ਜਾਂਦੇ ਆ। ਜਿੱਦਾਂ ਪਹਿਲਾਂ ਕਣਕ 2-2, 3-3 ਵਾਰੀ ਮਿਲਦੀ ਸੀ ਸਾਡੇ ਲੋਕਾਂ ਨੂੰ, ਜਿਹੜੇ ਉਹਨਾਂ ਨੇ ਉਹ ਕਣਕ ਜਿਹੜੀ ਹੁਣ ਘਟਾਤੀ ਆ, ਅਤੇ ਨਾਲੇ ਡਿਪੂ ਵਾਲੇ ਬੜੇ ਤੰਗ ਕਰਦੇ ਆ, ਕੱਲ੍ਹ ਆਉਣਾ ਜੀ, ਪਰਸੋਂ ਆਉਣਾ ਜੀ, ਚੌਥ ਆਉਣਾ ਜੀ,
ਉਹਦੇ ਵਿੱਚ ਵੀ ਹੁਣ ਚੋਣਾਂ ਹੋ ਗਈਆਂ, ਨਵੀਂ ਸਰਕਾਰ ਬਣਨ ਨਾਲ ਕੋਈ ਫਰਕ ਪਏਗਾ? ਮਹਿੰਗਾਈ ਥੋੜ੍ਹੀ ਘਟਾਵੇ, ਜਿਹੜੇ ਲੋਕਾਂ ਦਾ ਆਮ ਬਜਟ ਹੈਗਾ ਨਾ ਘਰਾਂ ਦਾ, ਉਹ ਖਰਾਬ ਹੋਇਆ, ਮਹਿੰਗਾਈ ਨੂੰ ਘਟਾਵੇ, ਰਸੋਈ ਜਿਹੜੀ ਹੈ ਨਾ ਉਹ ਘਟਾਵੇ, ਇਹਨਾਂ ਵੱਲ ਵੀ ਧਿਆਨ ਮਾਰੇ। ਜਿੱਦਾਂ ਕੋਈ ਖੰਡ ਪੱਤੀ ਹੋ ਗਈ, ਦੁੱਧ ਹੋ ਗਿਆ, ਇਹ ਆਪਣਾ ਆਮ ਲੋਕਾਂ ਨੂੰ ਕੀ ਚਾਹੀਦਾ ਵਾ? ਕੱਲ੍ਹ ਦੇ ਨਤੀਜਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਜਿਹੜੇ 4 ਜੂਨ ਨੂੰ ਨਤੀਜੇ ਹੋਣੇ? ਕੱਲ੍ਹ ਦੇ ਨਤੀਜੇ ਜਿਹੜੇ ਨਾ, ਇਹ ਜਿਹੜੀਆਂ ਸੀਟਾਂ ਇਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਮਿਲੀਆਂ ਬੀਜੇਪੀ ਨੂੰ ਸੀਟਾਂ ਨਾਲ, ਜਿਹੜੇ ਕਿ ਨਿਰੰਤਰ ਗੁਰੂ ਨਗਰੀ ਅੰਮ੍ਰਿਤਸਰ ਦੇ ਜਿਨ੍ਹਾਂ ਨੇ ਵੋਟਾਂ ਦੇ ਪਾਈਆਂ ਨੇ। ਅਤੇ ਹੁਣ ਨਤੀਜਿਆਂ ਦੀ ਗੱਲ ਕਰੀਏ, ਨਤੀਜੇ ਆਉਣ ਵਾਲੇ ਨੇ, ਉਹਨਾਂ ਵੱਲੋਂ ਇੱਕ ਗੱਲ ਕਹੀ ਜਾ ਰਹੀ ਆ ਵੀ ਚਾਹੇ ਵੋਟਾਂ ਪੈ ਚੁੱਕੀਆਂ, ਨਤੀਜੇ ਕੁਛ ਵੀ ਹੋਣ, ਅਤੇ ਬੀਜੇਪੀ ਦੀ ਜਿਹੜੀ ਸਰਕਾਰ ਕੇਂਦਰ 'ਚ ਬਣਨ ਜਾ ਰਹੀ, ਕਿਸ ਤਰ੍ਹਾਂ ਦੇਖਦੇ ਹੋ ਜੀ ਕੱਲ੍ਹ ਦੇ ਨਤੀਜੇ ਜਿਹੜੇ ਲੋਕ ਸਭਾ ਚੋਣਾਂ ਦੇ ਹੋਣ? ਮੋਦੀ ਸਾਹਿਬ ਦੇ ਚੌਕਾ ਮਾਰਨ ਵਾਲੇ ਨੇ, ਚੌਕੇ ਛਿੱਕੇ ਵੱਜਣਗੇ ਮੈਨੂੰ ਇੱਦਾਂ ਲੱਗਦਾ ਹੈਗਾ। ਆਹੋ ਇਹ ਚੌਕੇ ਛਿੱਕੇ ਨੇ ਮੋਦੀ ਦੇ ਨਾਂ ਦੇ ਲੱਗਣ ਦੇ, ਕਿਉਂਕਿ ਕੋਈ ਥੋੜ੍ਹਾ ਜਿਹਾ ਵੋਟਾਂ ਪੰਜਾਬ 'ਚ ਪੈ ਗਈਆਂ, ਹੋਰ ਕਿਤੇ ਪੈ ਗਏ ਨਾ, ਉਹਦੇ ਹਿਸਾਬ ਨਾਲ ਪਤਾ ਲੱਗਣ ਡਿਆ ਹੈਗਾ ਕਿ ਬਈ ਮੋਦੀ ਦੀ ਲਹਿਰ ਹੈਗੀ, 300-350 ਦੇ ਕਰੀਬ ਸੀਟਾਂ ਉਹਨਾਂ ਦੀ ਆਉਂਦੀ ਹੈਗੀ ਆ। ਬਾਕੀ ਚਲੋ ਪੰਜਾਬ ਦੇ ਵਿੱਚ ਹੈਗੇ, ਆਮ ਪਾਰਟੀ ਵੀ 6-7 ਸੀਟਾਂ ਲੈ ਜਾਊਗੀ, ਕਿਉਂਕਿ ਉਹਨਾਂ ਦੀ ਵੱਡੀ ਇੰਨਾ ਪੰਜਾਬ 'ਚ ਰਾਜ ਕਰਨ ਡਏ ਨੇ 2.5 ਸਾਲਾਂ ਤੋਂ, ਹੈ 6-7 ਸਾਲ ਦੇ 6-7 ਲੈ ਜਾਣਗੇ ਸੀਟਾਂ ਵੀ ਆਪਣੇ। ਸੋ ਇਹ ਸਨ ਗੁਰੂ ਨਗਰੀ ਅੰਮ੍ਰਿਤਸਰ ਦੇ ਉਹ ਵੋਟਰ ਜਿਨ੍ਹਾਂ ਨੇ 1 ਜੂਨ ਨੂੰ ਆਪਣੇ ਮਤਾ ਦਾਨ ਕੀਤਾ ਹੈ, ਅਤੇ ਹੁਣ 4 ਜੂਨ ਦੇ ਨਤੀਜਿਆਂ ਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਆਉਣ ਦੀ ਗੱਲ ਕੀਤੀ ਜਾਂਦੀ ਹੈ। ਲੇਕਿਨ ਕੱਲ੍ਹ ਹੁਣ ਜਦੋਂ 4 ਜੂਨ ਨੂੰ ਮਤ ਦਾ ਦਾਨ ਜਿਹੜਾ ਹੋਇਆ ਉਹਦੀ ਕਾਊਂਟਿੰਗ ਹੋਏਗੀ, ਅਤੇ ਉਸ ਤੋਂ ਬਾਅਦ ਹੀ ਡਿਸਾਈਡ ਹੋਏਗਾ ਵੀ ਬੀਜੇਪੀ ਦੀ ਝੋਲੀ ਕਿੰਨੀਆਂ ਸੀਟਾਂ ਪੈਂਦੀਆਂ ਨੇ ਅਤੇ ਕੇਂਦਰ ਦੇ ਵਿੱਚ ਕਿਆ ਬੀਜੇਪੀ ਦੀ ਸਰਕਾਰ ਬਣਦੀ ਹੈ ਜਾਂ ਨਹੀਂ। ਮੈਨੂੰ ਜਾਣ ਕੇ ਰਜੇਸ਼ ਸੰਧੂ ਨੂੰ ਦਿਓ ਇਜਾਜ਼ਤ, ਅਤੇ ਦੇਖਦੇ ਰਹੋ ਓਨ ਏਅਰ TV।